ਉਹ ਮੁੱਦੇ ਹੋਣ ਸਾਰੇ ਇਹ ਜੇ ਅਣਗਿਣਤ ਮੁੱਦੇ ਨੇ ਜਿਨ੍ਹਾਂ ਤੇ ਕਿਆਸ ਲਗਾਏ ਜਾ ਰਹੇ ਨੇ ਕੱਲ ਹੁਣ ਵੇਖਣਾ ਹੋਵੇਗਾ ਕਿਸ ਤਰ੍ਹਾਂ ਇਹ ਮੀਟਿੰਗ ਰੈਣ ਵਾਲੀ ਏ ਤੇ ਕੀ ਕੁਝ ਖਾਸ ਰਹਿਣ ਵਾਲਾ ਹੈ ਦੂਜੇ ਪਾਸੇ ਪ੍ਰਤਾਪ ਸਿੰਘ ਬਾਸ਼ਪਾ ਨੇ ਵੀ ਅਸਤੀਫਾ ਦਿੱਤਾ ਕਾਂਗਰਸ ਦੇ ਖੇਮੇ 'ਚ ਲਗਾਤਾਰ ਤੁਹਾਨੂੰ ਸੁਖਾਰੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਪ੍ਰਤਾਪ ਸਿੰਘ ਬਾਸ਼ਪਾ ਕਾਂਗਰਸ ਕਮੇਟੀ ਦੇ ਵਿਸ਼ੇਸ਼ ਮਸਲਿਆਂ ਦੇ ਅਹੁਦੇਦਾਰ ਸਨ ਤੇ ਉਹਨਾਂ ਨੇ ਫਿਲਹਾਲ ਅਸਤੀਫਾ ਦਿੱਤਾ ਬਾਸ਼ਪਾ ਨੇ ਕੇਸੀ ਵੇੜਾ ਗੋਪਾਲ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਕਾਂਗਰਸ ਦੇ ਸਾਰੇ ਮੁੱਖ ਮੰਤਰੀ ਕਾਂਗਰਸ ਕਮੇਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ